ਸਵੇਰ ਤੋਂ ਕੰਮ ਕਰਦੇ ਕਰਦੇ ਸ਼ਾਂਤੀ ਜੀ ਬਹੁਤ ਥਕਾਵਟ ਮਹਿਸੂਸ ਕਰ ਰਹੀ ਸੀ, ਇਸ ਲਈ ਥੋੜ੍ਹੀ ਦੇਰ ਦੇ ਲਈ ਟੀਵੀ ਦੇ ਸਾਹਮਣੇ ਬੈਠ ਗਈ ਅਤੇ ਬੜੇ ਸ਼ੌਂਕ ਨਾਲ ਆਪਣਾ ਪਸੰਦੀਦਾ ਪ੍ਰੋਗਰਾਮ ਦੇਖਣ ਲੱਗੀ। ਦਿਨ ਭਰ ਦੇ ਕੰਮ ਤੋਂ ਥੋੜ੍ਹੀ ਦੇਰ ਦੇ ਲਈ ਸਮੇਂ ਕੱਢ ਕੇ ਟੀਵੀ ਦੇਖਣਾ ਉਹਨਾਂ ਨੂੰ ਚੰਗਾ ਲੱਗਦਾ ਸੀ। ਉਹਨਾਂ ਦੇ ਪਤੀ ਰਜੇਸ਼ ਜੀ ਉੱਥੇ ਹੀ ਕੋਲ ਵਿੱਚ ਬੈਠੇ ਅਖਬਾਰ ਪੜ੍ਹ ਰਹੇ ਸੀ। ਹੁਣੇ ਉਹਨਾਂ ਨੇ ਟੀਵੀ ਦੇਖਣਾ ਸ਼ੁਰੂ ਹੀ ਕੀਤਾ ਸੀ ਕਿ ਅਚਾਨਕ ਟੀਵੀ ਬੰਦ ਹੋ ਗਿਆ। ਸ਼ਾਂਤੀ ਜੀ ਇਹ ਦੇਖ ਕੇ ਚੌਂਕ ਗਈ ਕਿ ਉਹਨਾਂ ਦੀ ਨੂੰਹ ਨੇਹਾ ਦੇ ਹੱਥ ਵਿੱਚ ਰਿਮੋਟ ਸੀ, ਉਸਨੇ ਹੀ ਟੀਵੀ ਬੰਦ ਕੀਤਾ ਸੀ। ਸ਼ਾਂਤੀ ਜੀ ਨੇ ਹੈਰਾਨੀ ਨਾਲ ਪੁੱਛਿਆ, ਕਿਆ ਹੋਇਆ, ਨੂੰ ਟੀਵੀ ਕਿਉਂ ਬੰਦ ਕਰ ਦਿੱਤਾ? ਜਦੀ ਨੇਹਾ ਨੇ ਕੜਕਦੀ ਆਵਾਜ਼ ਵਿੱਚ ਕਿਹਾ, ਮਾਂ ਜੀ ਸਾਰਾ ਦਿਨ ਤੁਸੀਂ ਟੀਵੀ ਦੇਖਦੀ ਹੋ, ਪਤਾ ਵੀ ਹੈ ਕਿ ਬਿਜਲੀ ਦਾ ਬਿੱਲ ਕਿੰਨਾ ਆ ਜਾਂਦਾ ਹੈ। ਜਦੀ ਅਖਬਾਰ ਨੂੰ ਚਿਹਰੇ ਦੇ ਸਾਹਮਣੇ ਤੋਂ ਹਟਾਉਂਦੇ ਹੋਏ ਰਜੇਸ਼ ਜੀ ਬੋਲੇ, ਨੂੰ ਇਹ ਕਿਹੜਾ ਤਰੀਕਾ ਹੈ ਆਪਣੀ ਸੱਸ ਨਾਲ ਗੱਲ ਕਰਨੇ ਦਾ, ਹੁਣ ਕਿਆ ਉਹ ਟੀਵੀ ਵੀ ਨਹੀਂ ਦੇਖ ਸਕਦੀ? ਜਦੀ ਉਹਨਾਂ ਦੀ ਨੂੰਹ ਨੇ ਕਿਹਾ, ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਹੈ, ਤੁਸੀਂ ਤਾਂ ਸਾਰਾ ਦਿਨ ਬਸ ਅਖਬਾਰ ਵਿੱਚ ਹੀ ਗੁਆਚੇ ਰਹਿੰਦੇ ਹੋ, ਸਾਨੂੰ ਤਾਂ ਆਪਣੇ ਬੱਚਿਆਂ ਦਾ ਵੀ ਸੋਚਣਾ ਹੈ। ਅੱਜ ਤੋਂ ਇਹ ਰਿਮੋਟ ਮੇਰੇ ਕੋਲ ਰਹੇਗਾ, ਇਹ ਟੀਵੀ ਸਿਰਫ ਸ਼ਾਮ ਨੂੰ ਹੀ ਚੱਲੇਗਾ, ਮੈਂ ਖੁਦ ਹੀ ਤੁਹਾਨੂੰ ਰਿਮੋਟ ਦੇ ਦੇਵਾਂਗੀ। ਇਹ ਕਹਿੰਦੇ ਹੋਏ ਨੇਹਾ ਰਿਮੋਟ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਂਤੀ ਜੀ ਤਾਂ ਸਦਮੇ ਵਿੱਚ ਜਿਵੇਂ ਪੱਥਰ ਹੀ ਹੋ ਗਈ। ਉਹਨਾਂ ਨੂੰ ਹੁਣੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜੋ ਕੁਝ ਵੀ ਉਹਨਾਂ ਨੇ ਸੁਣਿਆ ਉਹ ਹਕੀਕਤ ਸੀ ਜਾਂ ਕੋਈ ਸੁਪਨਾ। ਜਦੀ ਰਜੇਸ਼ ਜੀ ਨੇ ਉਹਨਾਂ ਦੇ ਮੋਢੇ ਪਰ ਹੱਥ ਰੱਖਿਆ ਤਾਂ ਸ਼ਾਂਤੀ ਜੀ ਦੀ ਅੱਖਾਂ ਤੋਂ ਹੰਝੂ ਬਹਿ ਨਿਕਲੇ। ਉਹਨਾਂ ਨੇ ਆਪਣੇ ਪਤੀ ਨੂੰ ਕੁਝ ਕਹਿਣੇ ਦੇ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਰਜੇਸ਼ ਜੀ ਨੇ ਸ਼ਾਂਤੀ ਜੀ ਨੂੰ ਚੁੱਪ ਰਹਿਣੇ ਦਾ ਇਸ਼ਾਰਾ ਕੀਤਾ ਅਤੇ ਖੁਦ ਕੁਰਸੀ ਪਰ ਅੱਖਾਂ ਬੰਦ ਕਰਕੇ ਗਹਿਰੇ ਸਾਗਰ ਵਿੱਚ ਗੋਤੇ ਲਗਾਉਣ ਲੱਗੇ। ਪੁੱਤ ਅਤੇ ਨੂੰਹ ਵਿੱਚ ਬਦਲਾਵ ਤਾਂ ਉਹ ਪਿਛਲੇ ਕਾਫੀ ਦਿਨਾਂ ਤੋਂ ਮਹਿਸੂਸ ਕਰ ਰਹੇ ਸੀ। ਉਹਨਾਂ ਦੋਨਾਂ ਦਾ ਬਿਨਾਂ ਮਤਲਬ ਦੇ ਖਿਜਣਾ, ਬੇਵਜ੍ਹਾ ਚੀਕਣਾ ਅਤੇ ਰੌਲਾ ਪਾਉਣਾ ਤਾਂ ਹੁਣ ਰੋਜ਼ ਦੀ ਗੱਲ ਹੋ ਗਈ ਸੀ। ਪੁੱਤ ਨੇ ਇੱਕ ਦੋ ਵਾਰ ਇਸ਼ਾਰੇ ਵਿੱਚ ਉਹਨਾਂ ਨੂੰ ਕਿਹਾ ਵੀ ਸੀ ਕਿ ਇਹ ਮਕਾਨ ਉਹਨਾਂ ਦੇ ਨਾਮ ਕਰ ਦੇਣ ਅਤੇ ਰਜੇਸ਼ ਜੀ ਵੀ ਇਹੀ ਸੋਚਣ ਲੱਗੇ ਸੀ ਕਿ ਬਾਅਦ ਵਿੱਚ ਵੀ ਤਾਂ ਸਭ ਕੁਝ ਪੁੱਤ ਨੂੰ ਦਾ ਹੀ ਹੈ, ਫਿਰ ਹੁਣੇ ਕਿਉਂ ਨਹੀਂ। ਪਰ ਫਿਰ ਜਦ ਇੱਕ ਦਿਨ ਉਹ ਆਪਣੇ ਮਿੱਤਰ ਨਾਲ ਮਿਲੇ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਵਸੀਅਤ ਜ਼ਰੂਰ ਬਣਵਾ ਲਓ, ਪਰ ਮਕਾਨ ਪਹਿਲਾਂ ਆਪਣੀ ਪਤਨੀ ਦੇ ਨਾਮ ਲਿਖਣਾ, ਉਸਦੇ ਬਾਅਦ ਪੁੱਤ ਦੇ ਨਾਮ। ਆਪਣੀ ਪਤਨੀ ਦਾ ਬੁਢਾਪਾ ਖਰਾਬ ਨਾ ਕਰ ਦੇਣਾ, ਘੱਟ ਤੋਂ ਘੱਟ ਤੁਹਾਡੇ ਬਾਅਦ ਇੱਜ਼ਤ ਦੀ ਦੋ ਰੋਟੀਆਂ ਤਾਂ ਮਿਲਣਗੀ ਤੇਰੀ ਪਤਨੀ ਨੂੰ। ਉਹਨਾਂ ਨੇ ਐਸਾ ਹੀ ਕੀਤਾ ਸੀ ਕਿਉਂਕਿ ਉਹਨਾਂ ਦੇ ਦੋਸਤ ਨੇ ਹੀ ਸਲਾਹ ਦਿੱਤੀ ਸੀ ਕਿ ਔਲਾਦ ਦਾ ਅਸਲੀ ਰੰਗ ਦੇਖਣਾ ਹੋ ਤਾਂ ਇੱਕ ਵਾਰ ਝੂਠ ਬੋਲ ਕੇ ਦੇਖ ਲਓ ਕਿ
ਤੁਸੀਂ ਮਕਾਨ ਉਸ ਦੇ ਨਾਮ ਕਰ ਦਿੱਤਾ ਹੈ, ਸੱਚਾਈ ਆਪਣੇ ਆਪ ਸਾਹਮਣੇ ਆ ਜਾਵੇਗੀ, ਪਰ ਇੰਨੀ ਜਲਦੀ ਨਕਾਬ ਉਤਰ ਜਾਵੇਗਾ ਇਹ ਉਹਨਾਂ ਨੇ ਕਦੀ ਨਹੀਂ ਸੋਚਿਆ ਸੀ। ਰਜੇਸ਼ ਜੀ ਥੋੜ੍ਹੀ ਦੇਰ ਇਵੇਂ ਹੀ ਸੋਚ ਵਿੱਚ ਡੁੱਬੇ ਰਹੇ, ਫਿਰ ਉਹਨਾਂ ਨੇ ਸ਼ਾਂਤੀ ਜੀ ਦੀ ਤਰਫ਼ ਦੇਖਿਆ ਜੋ ਅੱਖਾਂ ਖੋਲ੍ਹੇ ਛੱਤ ਦੀ ਤਰਫ ਲਗਾਤਾਰ ਦੇਖੇ ਜਾ ਰਹੀ ਸੀ। ਉਹ ਆਪਣੀ ਪਤਨੀ ਨੂੰ ਬੋਲੇ, ਸ਼ਾਂਤੀ ਜਿਸ ਦਿਨ ਤੋਂ ਸਾਡਾ ਪੁੱਤ ਸਾਡੀ ਜ਼ਿੰਦਗੀ ਵਿੱਚ ਆਇਆ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੀ ਇੱਛਾਵਾਂ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਸਿਰਫ ਉਸੀ ਦੇ ਬਾਰੇ ਵਿੱਚ ਸੋਚਿਆ, ਅਤੇ ਅੱਜ ਵੀ ਇਸ ਉਮਰ ਵਿੱਚ ਵੀ ਤੂੰ ਘਰ ਦਾ ਸਾਰਾ ਕੰਮ ਕਰਦੀ ਹੈ ਅਤੇ ਨੂੰ ਨੂੰ ਬਾਹਰ ਘੁੰਮਣਾ ਅਤੇ ਆਰਾਮ ਫਰਮਾਉਣੇ ਤੋਂ ਫੁਰਸਤ ਨਹੀਂ ਹੈ। ਰਿਟਾਇਰ ਹੋਣੇ ਦੇ ਬਾਅਦ ਵੀ ਮੈਂ ਆਪਣੀ ਪੈਨਸ਼ਨ ਘਰ ਦੇ ਖਰਚੇ ਦੇ ਲਈ ਦਿੰਦਾ ਆਇਆ ਹਾਂ, ਪਰ ਇਸ ਸਭ ਦਾ ਸਿਲਾ ਸਾਨੂੰ ਕਿਆ ਮਿਲਿਆ? ਨੂੰ ਆਏ ਦਿਨ ਬਦਤਮੀਜ਼ੀਆਂ ਪਰ ਉਤਰ ਆਉਂਦੀ ਹੈ ਅਤੇ ਸਾਡਾ ਪੁੱਤ ਹੈ ਕਿ ਜੋਰੂ ਦਾ ਗੁਲਾਮ ਬਣਿਆ ਹੋਇਆ ਹੈ। ਬਸ ਬਹੁਤ ਹੋਇਆ ਸ਼ਾਂਤੀ, ਹੁਣ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਲਈ ਵੀ ਜਿਉਣਾ ਚਾਹੀਦਾ। ਫਿਰ ਸ਼ਾਂਤੀ ਜੀ ਬੋਲੀ, ਕਿਆ ਮਤਲਬ? ਮਤਲਬ ਸ਼ਾਂਤੀ, ਬਹੁਤ ਸਮੇਂ ਤੋਂ ਮੇਰੀ ਕਿਤੇ ਘੁੰਮਣੇ ਜਾਣੇ ਦੀ ਇੱਛਾ ਹੈ। ਫਿਰ ਸ਼ਾਂਤੀ ਜੀ ਬੋਲੀ, ਇਹ ਜੀ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਹੈ, ਪਰ ਇਹੀ ਸੋਚ ਕੇ ਚੁੱਪ ਰਹਿ ਜਾਂਦੀ ਹਾਂ ਕਿ ਕਿਤੇ ਪੁੱਤ ਨੂੰ ਗੁੱਸਾ ਨਾ ਹੋ ਜਾਣ। ਜਦ ਬਿਨਾਂ ਕਿਸੇ ਕਾਰਨ ਨੂੰ ਸਾਨੂੰ ਆਏ ਦਿਨ ਗੱਲਾਂ ਸੁਣਾਉਂਦੀ ਰਹਿੰਦੀ ਹੈ ਤਾਂ ਫਿਰ ਇਸ ਗੱਲ ਪਰ ਤਾਂ ਬਵਾਲ ਹੀ ਮਚਾ ਦੇਵੇਗੀ। ਫਿਰ ਰਜੇਸ਼ ਜੀ ਬੋਲੇ, ਸ਼ਾਂਤੀ ਪਤਾ ਹੈ ਤੈਨੂੰ, ਬਚਪਨ ਵਿੱਚ ਜਦ ਵੀ ਮੈਂ ਹਵਾਈ ਜਹਾਜ਼ ਨੂੰ ਆਸਮਾਨ ਵਿੱਚ ਉੜਦਾ ਹੋਇਆ ਦੇਖਦਾ ਸੀ ਤਾਂ ਮੇਰਾ ਉਸ ਵਿੱਚ ਬੈਠਣੇ ਦਾ ਬਹੁਤ ਦਿਲ ਕਰਦਾ ਸੀ, ਪਰ ਕਦੀ ਬੈਠ ਨਹੀਂ ਪਾਇਆ ਕਿਉਂਕਿ ਮਾਤਾ ਪਿਤਾ ਦੇ ਕੋਲ ਤਾਂ ਇੰਨੇ ਪੈਸੇ ਸੀ ਹੀ ਨਹੀਂ, ਜਿਵੇਂ ਤਿਵੇਂ ਘਰ ਦਾ ਖਰਚਾ ਚੱਲਦਾ ਸੀ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਮੈਨੂੰ ਪੜ੍ਹਾਇਆ ਲਿਖਾਇਆ, ਉਦੋਂ ਜਾ ਕੇ ਮੈਨੂੰ ਸਰਕਾਰੀ ਨੌਕਰੀ ਮਿਲੀ ਸੀ, ਅਤੇ ਜਦ ਰੋਹਿਤ ਪੈਦਾ ਹੋਇਆ ਉਸਦੇ ਬਾਅਦ ਤਾਂ ਅਸੀਂ ਆਪਣੀ ਸਾਰੀ ਮਿਹਨਤ ਦੀ ਕਮਾਈ ਆਪਣੇ ਪੁੱਤ ਪਰ ਹੀ ਖਰਚ ਕਰ ਦਿੱਤੀ, ਉਸਦੀ ਹਰ ਇੱਕ ਇੱਛਾ ਪੂਰੀ ਕੀਤੀ ਕਿਉਂਕਿ ਮੇਰਾ ਬਚਪਨ ਤਾਂ ਅਭਾਵ ਵਿੱਚ ਬੀਤਿਆ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਪੁੱਤ ਵੀ ਮੇਰੀ ਤਰ੍ਹਾਂ ਮਨ ਮਾਰ ਕੇ ਆਪਣੀ ਜ਼ਿੰਦਗੀ ਜੀਵੇ। ਸਾਰੀ ਕਮਾਈ ਤਾਂ ਅਸੀਂ ਆਪਣੇ ਪੁੱਤ ਪਰ ਖਰਚ ਕਰ ਦਿੱਤੀ ਅਤੇ ਉਸ ਨੂੰ ਚੰਗਾ ਖਾਣੇ ਨੂੰ ਚੰਗਾ ਪਹਿਨਣੇ ਨੂੰ ਦਿੱਤਾ। ਉਸਦੀ ਪੜ੍ਹਾਈ ਵਿੱਚ ਜਿੰਨਾ ਵੀ ਖਰਚਾ ਆਉਣਾ ਸੀ ਸਭ ਦਾ ਇੰਤਜ਼ਾਮ ਅਸੀਂ ਪਹਿਲਾਂ ਹੀ ਕਰ ਰੱਖਿਆ ਸੀ, ਇਹ ਸੋਚ ਕੇ ਕਿ ਕਿਤੇ ਐਸਾ ਨਾ ਹੋ ਕਿ ਪੈਸਿਆਂ ਦੀ ਕਮੀ ਦੇ ਕਾਰਨ ਉਹ ਅੱਗੇ ਨਾ ਵੱਧ ਪਾਵੇ। ਇਸ ਲਈ ਹਮੇਸ਼ਾ ਆਪਣੇ ਖਰਚੇ ਘੱਟ ਕਰ ਅਸੀਂ ਆਪਣੇ ਪੁੱਤ ਦੇ ਲਈ ਬਚਤ ਕੀਤੀ ਸੀ। ਜਿੰਨੇ ਵੀ ਪੈਸੇ ਜਿਸ ਵੀ ਸਮੇਂ ਉਸਨੇ ਮੰਗੇ ਅਸੀਂ ਉਸਨੂੰ ਦਿੱਤੇ। ਇੱਕ ਤਨਖਾਹ ਵਿੱਚ ਪੁੱਤ ਦੀ ਪੜ੍ਹਾਈ ਲਿਖਾਈ, ਘਰ ਦੇ ਖਰਚੇ ਅਤੇ ਆਪਣੇ ਬੁੱਢੇ ਮਾਤਾ ਪਿਤਾ ਦੀ ਦੇਖਭਾਲ, ਇਹ ਸਭ ਕੁਝ ਕਿੰਨੀ ਕੁਸ਼ਲਤਾ ਨਾਲ ਅਸੀਂ ਲੋਕਾਂ ਨੇ ਮੈਨੇਜ ਕੀਤਾ ਸੀ ਇਹ ਤਾਂ ਅਸੀਂ ਲੋਕ ਹੀ ਜਾਣਦੇ ਹਾਂ, ਪਰ ਪੁੱਤ ਨੇ ਤਾਂ ਅੱਜ ਸਭ ਕੁਝ ਨਕਾਰ ਦਿੱਤਾ। ਸੋਚਿਆ ਸੀ ਕਿ ਬੁਢਾਪੇ ਵਿੱਚ ਸਾਰੀ ਜ਼ਿੰਮੇਦਾਰੀ ਤੋਂ ਮੁਕਤ ਹੋ ਕੇ ਆਰਾਮ ਨਾਲ ਰਹਾਂਗੇ, ਪਰ ਇੱਥੇ ਤਾਂ ਬੁਢਾਪੇ ਵਿੱਚ ਹੀ ਸਾਡੇ ਪੁੱਤ ਨੂੰ ਨੇ ਹੀ ਸਾਡੇ ਉੱਪਰ
ਇੰਨੀ ਬੰਦਿਸ਼ਾਂ ਲਗਾ ਦਿੱਤੀ। ਇੰਨਾ ਤਾਂ ਅਸੀਂ ਉਸ ਸਮੇਂ ਵੀ ਨਹੀਂ ਬੰਨੇ ਹੋਏ ਸੀ ਜਦ ਸਾਡੇ ਮੋਢਿਆਂ ਪਰ ਜ਼ਿੰਮੇਦਾਰੀਆਂ ਵੀ ਸੀ, ਅਤੇ ਅੱਜ ਜਦ ਜ਼ਿੰਮੇਦਾਰੀਆਂ ਤੋਂ ਮੁਕਤ ਹੋਣੇ ਦਾ ਸਮੇਂ ਆਇਆ ਤਾਂ ਨੂੰਹ ਨੇ ਸਾਰੇ ਦਿਨ ਦੇ ਲਈ ਤੈਨੂੰ ਰਸੋਈ ਦੇ ਕੰਮਕਾਜ ਵਿੱਚ ਵਿਅਸਤ ਕਰ ਦਿੱਤਾ ਅਤੇ ਮੇਰੀ ਸਾਰੀ ਪੈਨਸ਼ਨ ਦੇ ਪੈਸੇ ਲੈ ਕੇ ਅੱਜ ਪੁੱਤ ਨੂੰ ਸਾਨੂੰ ਹੀ ਅੱਖਾਂ ਦਿਖਾ ਰਹੇ ਹਨ। ਜਦੀ ਸ਼ਾਂਤੀ ਜੀ ਉਦਾਸ ਹੋ ਕੇ ਬੋਲੀ, ਅਸੀਂ ਲੋਕ ਕਰ ਹੀ ਕਹਿ ਸਕਦੇ ਹਾਂ, ਹੀ ਤਾਂ ਹੁਣ ਸਾਡੀ ਕਿਸਮਤ ਹੈ ਅਤੇ ਸਾਨੂੰ ਇਵੇਂ ਹੀ ਰਹਿਣਾ ਹੋਵੇਗਾ ਪੂਰੀ ਜ਼ਿੰਦਗੀ। ਨਹੀਂ ਸ਼ਾਂਤੀ, ਮੈਂ ਐਸਾ ਨਹੀਂ ਹੋਣ ਦੇਵਾਂਗਾ। ਮੈਂ ਜੋ ਸੋਚਿਆ ਹੈ ਮੈਂ ਉਹ ਕਰਕੇ ਹੀ ਰਹੂੰਗਾ। ਜਦੀ ਸ਼ਾਂਤੀ ਜੀ ਨੇ ਆਸ਼ਾ ਭਰੀ ਨਿਗਾਹਾਂ ਨਾਲ ਆਪਣੇ ਪਤੀ ਦੀ ਤਰਫ ਦੇਖਿਆ ਅਤੇ ਕਹਿਣ ਲੱਗੀ, ਤਾਂ ਕਿਆ ਸੋਚਿਆ ਹੈ ਤੁਸੀਂ? ਫਿਰ ਰਜੇਸ਼ ਜੀ ਬੋਲੇ, ਬਸ ਕੱਲ੍ਹ ਦਾ ਇੰਤਜ਼ਾਰ ਕਰ ਅਤੇ ਦੇਖ ਮੈਂ ਕਿਆ ਕਰਦਾ ਹਾਂ। ਅਗਲੇ ਦਿਨ ਰਜੇਸ਼ ਜੀ ਅਯੋਧਿਆ ਧਾਮ ਜਾਣੇ ਦੇ ਲਈ ਆਪਣੀ ਅਤੇ ਆਪਣੀ ਪਤਨੀ ਦੀ ਟਿਕਟ ਕਰਾ ਕੇ ਲੈ ਆਏ। ਉਹ ਟਿਕਟ ਬੱਸ ਜਾਂ ਟ੍ਰੇਨ ਦੀ ਨਹੀਂ ਸੀ ਬਲਕਿ ਹਵਾਈ ਜਹਾਜ਼ ਦੀ ਸੀ। ਉਹਨਾਂ ਨੂੰ ਹਰ ਮਹੀਨੇ 40,000 ਦੀ ਪੈਨਸ਼ਨ ਮਿਲਦੀ ਸੀ, ਜਿਸ ਵਿੱਚ ਤੋਂ ਉਹਨਾਂ ਨੇ 25,000 ਦੀ ਟਿਕਟ ਕਰਵਾਈ ਅਤੇ 15,000 ਰੁਪਏ ਆਪਣੇ ਕੋਲ ਖਰਚ ਕਰਨੇ ਦੇ ਲਈ ਰੱਖ ਦਿੱਤੇ। ਉਹਨਾਂ ਨੇ ਆਪਣੀ ਪਤਨੀ ਨੂੰ ਆ ਕੇ ਟਿਕਟ ਦਿਖਾਏ ਤਾਂ ਸ਼ਾਂਤੀ ਜੀ ਘਬਰਾ ਗਈ, ਕਿਆ ਤੁਸੀਂ ਪੈਨਸ਼ਨ ਦੇ ਪੈਸਿਆਂ ਨੂੰ ਖਰਚ ਕਰ ਦਿੱਤਾ? ਅਰੇ ਇਹੀ ਕਿਆ ਕੀਤਾ ਤੁਸੀਂ, ਹੁਣ ਨੂੰ ਕਿਆ ਕਹੇਗੀ? ਅਰੇ ਸ਼ਾਂਤੀ ਤੂੰ ਚਿੰਤਾ ਨਾ ਕਰ, ਅਸੀਂ ਆਪਣੇ ਪੁੱਤ ਨੂੰ ਪਰ ਨਿਰਭਰ ਨਹੀਂ ਹਾਂ, ਮੇਰੇ ਕੋਲ ਖੁਦ ਦੀ ਪੈਨਸ਼ਨ ਆਉਂਦੀ ਹੈ। ਕਈ ਦਿਨ ਇਵੇਂ ਹੀ ਬੀਤ ਗਏ। ਫਿਰ ਇੱਕ ਦਿਨ ਉਹਨਾਂ ਦੀ ਨੂੰਹ ਨੇਹਾ ਗੁੱਸੇ ਵਿੱਚ ਪੈਰ ਪਟਕਦੀ ਹੋਈ ਉਹਨਾਂ ਦੇ ਕੋਲ ਆਈ ਅਤੇ ਬੋਲੀ, ਮਾਂ ਜੀ ਆਖਿਰ ਤੁਸੀਂ ਲੋਕਾਂ ਦਾ ਇਹੀ ਚੱਲ ਕਿਆ ਰਿਹਾ ਹੈ? ਉਸਦੀ ਇਹ ਗੱਲ ਸੁਣ ਕੇ ਸ਼ਾਂਤੀ ਜੀ ਹੈਰਾਨ ਰਹਿ ਗਈ ਅਤੇ ਪੁੱਛਿਆ, ਕਿਉਂ ਕਿਆ ਹੋ ਗਿਆ? ਨੂੰ ਬੋਲ ਤਾਂ ਇਵੇਂ ਰਹੀ ਹੈ ਜਿਵੇਂ ਕੁਝ ਪਤਾ ਹੀ ਨਹੀਂ। ਇਸ ਵਾਰ ਬਾਬੂ ਜੀ ਨੇ ਆਪਣੀ ਪੈਨਸ਼ਨ ਦੇ ਪੈਸੇ ਨਹੀਂ ਦਿੱਤੇ ਹਨ। ਮਹੀਨੇ ਦੀ 10 ਤਰੀਕ ਹੋਣੇ ਨੂੰ ਆਈ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਕਹੋ ਕਿ ਪੈਨਸ਼ਨ ਦੇ ਪੈਸੇ ਕਢਵਾ ਕੇ ਮੈਨੂੰ ਦੇ ਦੇਣ। ਦਰਅਸਲ ਨੂੰ ਉਹ ਗੱਲ ਇਹੀ ਹੈ ਕਿ ਇਸ ਵਾਰ ਤੇਰੇ ਬਾਬੂ ਜੀ ਅਤੇ ਮੈਂ ਇਕੱਠੇ ਬਾਹਰ ਘੁੰਮਣ ਜਾਣੇ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਉਹਨਾਂ ਦੀ ਪੈਨਸ਼ਨ ਤੋਂ ਅਸੀਂ ਘੁੰਮਣੇ ਦੇ ਲਈ ਟਿਕਟ ਕਰਵਾ ਲਈ ਹੈ। ਇਸ ਲਈ ਇਸ ਵਾਰ ਤਾਂ ਪੈਨਸ਼ਨ ਦੇ ਪੈਸੇ ਤੈਨੂੰ ਨਹੀਂ ਦੇ ਪਾਵਾਂਗੇ। ਸ਼ਾਂਤੀ ਜੀ ਨੇ ਸੁਖਚਾਉਂਦੇ ਹੋਏ ਕਿਹਾ ਤਾਂ ਜਦੀ ਉਹਨਾਂ ਦੀ ਨੂੰ ਬੋਲੀ, ਕਿਹਾ ਤੁਸੀਂ ਦੋਵੇਂ ਘੁੰਮਣ ਜਾ ਰਹੇ ਹੋ, ਸ਼ਰਮ ਨਹੀਂ ਆਉਂਦੀ ਇਸ ਉਮਰ ਵਿੱਚ ਘੁੰਮਦੇ ਹੋਏ? ਚੁੱਪਚਾਪ ਘਰ ਵਿੱਚ ਬੈਠੇ ਰਹੋ ਜਿਵੇਂ ਬੁੱਢੇ ਲੋਕ ਰਿਹਾ ਕਰਦੇ ਹਨ। ਜਾਣਦੀ ਵੀ ਹੋ ਘਰ ਵਿੱਚ ਕਿੰਨਾ ਕੰਮ ਹੁੰਦਾ ਹੈ। ਆਉਣ ਦਿਓ ਤੁਹਾਡੇ ਪੁੱਤ ਨੂੰ, ਉਹਨਾਂ ਨੂੰ ਵੀ ਦੱਸੂੰਗੀ ਕਿ ਕਿੰਨਾ ਫਾਲਤੂ ਦਾ ਖਰਚਾ ਕਰਦੇ ਹਨ ਉਹਨਾਂ ਦੇ ਮਾਤਾ ਪਿਤਾ, ਅਤੇ ਅਸੀਂ ਦੋਨਾਂ ਤੋਂ ਪੁੱਛੇ ਬਿਨਾਂ ਤੁਸੀਂ ਬਾਹਰ ਘੁੰਮਣੇ ਜਾਣੇ ਦਾ ਸੋਚਿਆ ਵੀ ਕਿਵੇਂ? ਨੂੰ ਨੇਹਾ ਦੀ ਗੱਲ ਸੁਣਦੇ ਹੀ ਸ਼ਾਂਤੀ ਜੀ ਸਮਝ ਗਈ ਸੀ ਕਿ ਅੱਜ ਉਹਨਾਂ ਦੇ ਪੁੱਤ ਦੇ ਆਉਣੇ ਦੇ ਬਾਅਦ ਘਰ ਵਿੱਚ ਚੰਗਾ ਖਾਸਾ ਹੰਗਾਮਾ ਹੋਣੇ ਵਾਲਾ ਹੈ, ਕਿਉਂਕਿ ਹਮੇਸ਼ਾ ਤੋਂ ਹੀ ਘਰ ਵਿੱਚ ਇਹੀ ਹੁੰਦਾ ਆਇਆ ਹੈ ਕਿ
ਪੈਨਸ਼ਨ ਦਾ ਸਾਰਾ ਪੈਸਾ ਉਹਨਾਂ ਦੇ ਪੁੱਤ ਨੂੰ ਉਹਨਾਂ ਤੋਂ ਲੈ ਲੈਂਦੇ ਹਨ ਅਤੇ ਆਪਣੇ ਹਿਸਾਬ ਨਾਲ ਖਰਚ ਕਰਦੇ ਹਨ। ਇੱਥੇ ਤੱਕ ਕਿ ਉਹਨਾਂ ਨੂੰ ਇਸ ਵਿੱਚ ਤੋਂ 500 ਰੁਪਏ ਕੱਢਣੇ ਦੀ ਵੀ ਇਜਾਜ਼ਤ ਨਹੀਂ ਸੀ। ਜੇਕਰ ਉਹ ਐਸਾ ਕਰਦੇ ਤਾਂ ਘਰ ਵਿੱਚ ਜ਼ੋਰਦਾਰ ਝਗੜਾ ਹੁੰਦਾ ਸੀ। ਇੱਕ ਵਾਰ ਦੀ ਗੱਲ ਹੈ, ਰਾਜੇਸ਼ ਜੀ ਨੇ ਆਪਣੀ ਪਤਨੀ ਨੂੰ ਵਿਆਹ ਦੀ ਸਾਲਗਿਰਾ ਪਰ 1000 ਰੁਪਏ ਦੀ ਸਾੜੀ ਲਿਆ ਕੇ ਦਿੱਤੀ ਤਾਂ ਪੈਨਸ਼ਨ ਵਿੱਚ 1000 ਰੁਪਏ ਘੱਟ ਦੇਖ ਕੇ ਉਹਨਾਂ ਦੀ ਨੂੰ ਰਾਜੇਸ਼ ਜੀ ਪਰ ਚੀਕਦੇ ਹੋਏ ਬੋਲੀ, ਇਸ ਵਿੱਚ ਤੋਂ 1000 ਰੁਪਏ ਦਾ ਤੁਸੀਂ ਕਿਆ ਕੀਤਾ ਹੈ, ਕਿੱਥੇ ਖਰਚ ਕਰਕੇ ਆਏ ਹੋ? ਜਦ ਰਾਜੇਸ਼ ਜੀ ਨੇ ਇਹ ਕਿਹਾ ਕਿ ਮੈਂ ਤੇਰੀ ਸੱਸ ਦੇ ਲਈ ਉਸਦੀ ਮਨਪਸੰਦ ਸਾੜੀ ਖਰੀਦੀ ਹੈ, ਕਿਉਂਕਿ ਬਹੁਤ ਦਿਨਾਂ ਤੋਂ ਉਸਨੇ ਸਾੜੀ ਨਹੀਂ ਖਰੀਦੀ ਸੀ, ਜਦ ਵੀ ਮੈਂ ਉਸਦੇ ਲਈ ਸਾੜੀ ਖਰੀਦਣ ਲੱਗਦਾ ਸੀ ਤਾਂ ਉਹ ਕਹਿੰਦੀ ਸੀ ਕਿ ਮੇਰੇ ਕੋਲ ਬਹੁਤ ਸਾਰੀ ਸਾੜੀਆਂ ਹਨ, ਪਰ ਜਦ ਪਹਿਨਣੇ ਦੀ ਵਾਰੀ ਆਉਂਦੀ ਸੀ ਤਾਂ ਇੱਕ ਵੀ ਚੰਗੀ ਸਾੜੀ ਨਹੀਂ ਦਿਖਦੀ ਸੀ। ਇਸ ਲਈ ਸੋਚਿਆ ਕਿ ਉਸਦੇ ਲਈ ਇੱਕ ਸਾੜੀ ਖਰੀਦ ਲਵਾਂ। ਉਸੀ ਸਮੇਂ ਨੇਹਾ ਬੋਲੀ, ਕਿਆ ਸਾੜੀ ਖਰੀਦਣੇ ਵਿੱਚ 1000 ਰੁਪਏ ਖਰਚ ਕਰ ਦਿੱਤੇ? ਇਸ ਉਮਰ ਵਿੱਚ ਤੁਸੀਂ ਲੋਕ ਐਨਵਰਸਰੀ ਦਾ ਤੋਹਫ਼ਾ ਦੇ ਰਹੇ ਹੋ ਇੱਕ ਦੂਸਰੇ ਨੂੰ, ਜ਼ਰਾ ਸੋਚੋ ਘਰ ਵਿੱਚ ਛੋਟੇ ਬੜੇ ਕਿੰਨੇ ਖਰਚੇ ਹੁੰਦੇ ਹਨ, ਬਿਜਲੀ ਪਾਣੀ ਰਾਸ਼ਨ ਸਾਰਿਆਂ ਦਾ ਬਿੱਲ ਸਾਨੂੰ ਦੇਣਾ ਪੈਂਦਾ ਹੈ, ਪਰ ਤੁਸੀਂ ਲੋਕਾਂ ਨੂੰ ਵੀ ਕਿਆ ਪਤਾ ਕਿ ਸ਼ਹਿਰਾਂ ਵਿੱਚ ਰਹਿਣਾ ਕੈਸਾ ਹੁੰਦਾ ਹੈ? ਪੂਰੀ ਜ਼ਿੰਦਗੀ ਤਾਂ ਪਿੰਡ ਵਿੱਚ ਰਹੇ ਹੋ। ਇਸ ਘਟਨਾ ਨੂੰ ਯਾਦ ਕਰਦੇ ਕਰਦੇ ਸ਼ਾਂਤੀ ਜੀ ਮਨ ਹੀ ਮਨ ਘਬਰਾਉਂਦੀ ਜਾ ਰਹੀ ਸੀ ਕਿ ਜਦ ਨੂੰ ਨੇ 1000 ਰੁਪਏ ਦੇ ਪਿੱਛੇ ਇੰਨਾ ਹੰਗਾਮਾ ਖੜ੍ਹਾ ਕਰ ਦਿੱਤਾ ਸੀ ਤਾਂ ਹੁਣ ਤਾਂ ਪੈਨਸ਼ਨ ਦੇ ਸਾਰੇ ਪੈਸੇ ਹੀ ਟਿਕਟ ਪਰ ਖਰਚ ਹੋ ਗਏ ਹਨ। ਸ਼ਾਮ ਨੂੰ ਜਿਵੇਂ ਹੀ ਸ਼ਾਂਤੀ ਜੀ ਦਾ ਪੁੱਤਰ ਰੋਹਿਤ ਘਰ ਆਇਆ ਤਾਂ ਨੇਹਾ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ। ਰੋਹਿਤ ਉਸੀ ਸਮੇਂ ਅੱਗ ਬਬੂਲਾ ਹੁੰਦੇ ਹੋਏ ਆਪਣੇ ਕਮਰੇ ਤੋਂ ਬਾਹਰ ਆਇਆ ਅਤੇ ਗੁੱਸੇ ਨਾਲ ਚੀਕਣ ਲੱਗਾ, ਇਸ ਮਹੀਨੇ ਦੀ 10 ਤਰੀਕ ਹੋ ਗਈ ਹੈ ਅਤੇ ਤੁਸੀਂ ਹੁਣੇ ਤੱਕ ਪੈਨਸ਼ਨ ਦੇ ਪੈਸੇ ਨਹੀਂ ਦਿੱਤੇ, ਹੋਰ ਤਾਂ ਹੋਰ ਬਿਨਾਂ ਸਾਡੇ ਤੋਂ ਪੁੱਛੇ ਸਾਰੇ ਪੈਸੇ ਖਰਚ ਕਰ ਦਿੱਤੇ, ਹੁਣ ਇਸ ਮਹੀਨੇ ਦੇ ਰਾਸ਼ਨ ਦਾ ਖਰਚਾ ਕਿਵੇਂ ਚੱਲੇਗਾ? ਅਤੇ ਇੰਨਾ ਫਾਲਤੂ ਦਾ ਪੈਸਾ ਖਰਚ ਕਰਨੇ ਦੀ ਜ਼ਰੂਰਤ ਕਿਆ ਸੀ? ਬੁਢਾਪੇ ਵਿੱਚ ਘੁੰਮਣੇ ਦਾ ਸ਼ੌਂਕ ਚੜਿਆ ਹੈ, ਅਰੇ ਆਰਾਮ ਨਾਲ ਘਰ ਪਰ ਨਹੀਂ ਰਹਿ ਸਕਦੇ, ਜ਼ਿਆਦਾ ਹੀ ਘੁੰਮਣੇ ਦਾ ਮਨ ਸੀ ਤਾਂ ਕੋਲ ਦੇ ਮੰਦਿਰ ਵਿੱਚ ਘੁੰਮਾਉਂਦੇ। ਮੈਂ ਤੁਸੀਂ ਲੋਕਾਂ ਨੂੰ ਕਹਿ ਦਿੰਦਾ ਹਾਂ, ਜੇਕਰ ਤੁਸੀਂ ਪੈਨਸ਼ਨ ਦੇ ਪੈਸੇ ਨਹੀਂ ਦਿੱਤੇ ਤਾਂ। ਇੰਨੀ ਗੱਲ ਸੁਣਦੇ ਹੀ ਰਾਜੇਸ਼ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਰੋਬਦਾਰ ਆਵਾਜ਼ ਵਿੱਚ ਜ਼ੋਰ ਨਾਲ ਬੋਲੇ, ਤਾਂ ਕਿਆ ਪੁੱਤ, ਬਸ ਬਹੁਤ ਹੋ ਚੁੱਕਿਆ, ਤੈਨੂੰ ਬਸ ਸਾਡਾ ਘੁੰਮਣਾ ਹੀ ਦਿਖਾਈ ਦਿੰਦਾ ਹੈ, ਆਪਣੇ ਫਾਲਤੂ ਦੇ ਖਰਚੇ ਨਜ਼ਰ ਨਹੀਂ ਆਉਂਦੇ। ਨੂੰ ਆਏ ਦਿਨ ਨਵੇਂ ਤੋਂ ਨਵੇਂ ਕੱਪੜੇ ਖਰੀਦ ਕੇ ਲਿਆਉਂਦੀ ਹੈ, ਪਾਰਟੀ ਕਰਨ ਜਾਂਦੀ ਹੈ, ਤੁਸੀਂ ਲੋਕ ਹਰ ਐਤਵਾਰ ਨੂੰ ਬਾਹਰ ਖਾਣਾ ਖਾ ਕੇ ਆਉਂਦੇ ਹੋ, ਉਸਦਾ ਕਿਹਾ, ਹੋਰ ਤਾਂ ਹੋਰ ਸਾਡਾ ਟੀਵੀ ਦੇਖਣਾ ਵੀ ਤੁਸੀਂ ਲੋਕਾਂ ਨੂੰ ਗਵਾਰਾ ਨਹੀਂ, ਤੇਰੀ ਪਤਨੀ ਨੇ ਸਾਡੇ ਟੀਵੀ ਦੇਖਣੇ ਦਾ ਸਮੇਂ ਤੱਕ ਨਿਰਧਾਰਿਤ ਕਰ ਦਿੱਤਾ। ਅਰੇ ਬੁੱਢੇ ਹੋਏ ਹਾਂ, ਮਰ ਤਾਂ ਨਹੀਂ ਗਏ ਅਸੀਂ ਲੋਕ, ਸਾਡਾ ਵੀ ਦਿਲ ਕਰਦਾ ਹੈ
ਆਪਣੀ ਇੱਛਾ ਨਾਲ ਕੁਝ ਕਰਨੇ ਦਾ, ਕਿਤੇ ਜਾਣੇ ਦਾ, ਚੰਗਾ ਖਾਣੇ ਦਾ। ਸਾਡੇ ਕਿਤੇ ਜਾਣੇ ਨਾਲ ਤੁਹਾਡੇ ਖਰਚੇ ਵੱਧ ਜਾਣਗੇ, ਪਰ ਤੁਹਾਡੇ ਬਾਹਰ ਘੁੰਮਣੇ ਨਾਲ, ਪਿਕਚਰ ਦੇਖਣੇ ਜਾਣੇ ਨਾਲ, ਬਾਹਰ ਦਾ ਖਾਣਾ ਖਾਣੇ ਨਾਲ ਖਰਚ ਨਹੀਂ ਵੱਧਦੇ ਕਿਆ? ਆਪਣੇ ਉੱਪਰ ਤਾਂ ਖੂਬ ਖਰਚੇ ਕਰਦੇ ਹੋ, ਪਰ ਮਾਂ ਬਾਪ ਨੇ ਜ਼ਰਾ ਜਿਹਾ ਖਰਚਾ ਕਿਆ ਕਰ ਲਿਆ ਤਾਂ ਭੜਕ ਪਏ, ਭੁੱਲ ਗਏ ਕਿ 2 ਮਹੀਨੇ ਪਹਿਲਾਂ ਹੀ ਤੁਸੀਂ ਲੋਕ ਵਿਦੇਸ਼ ਘੁੰਮ ਕੇ ਆਏ ਹੋ ਤਾਂ ਕਿਆ ਹਵਾਈ ਜਹਾਜ਼ ਦੀ ਟਿਕਟ ਮੁਫਤ ਵਿੱਚ ਆਉਂਦੀ ਹੈ? ਸਾਲ ਵਿੱਚ 2 ਵਾਰ ਤੁਸੀਂ ਬਾਹਰ ਘੁੰਮਣ ਜਾਂਦੇ ਹੋ? ਕਿਆ ਕਦੀ ਅਸੀਂ ਰੋਕ ਟੋਕ ਕੀਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿੰਨਾ ਖਰਚਾ ਕਰ ਰਹੇ ਹੋ? ਫਿਰ ਅੱਜ ਆਪਣੇ ਘੁੰਮਣੇ ਦੇ ਲਈ ਜ਼ਰਾ ਜਿਹਾ ਪੈਸਾ ਅਸੀਂ ਖਰਚ ਕਰ ਦਿੱਤਾ ਤਾਂ ਤੁਹਾਨੂੰ ਤਕਲੀਫ ਹੋਣ ਲੱਗੀ? ਫਿਰ ਰੋਹਿਤ ਬੋਲਿਆ, ਪਿਤਾ ਜੀ, ਆਪਣੇ ਘੁੰਮਣੇ ਦੇ ਲਈ ਮੈਂ ਤੁਹਾਡੇ ਤੋਂ ਪੈਸੇ ਮੰਗ ਕੇ ਨਹੀਂ ਖਰਚ ਕਰਦਾ ਹਾਂ, ਖੁਦ ਪੈਸੇ ਕਮਾਉਂਦਾ ਹਾਂ ਅਤੇ ਉਸ ਪੈਸੇ ਨਾਲ ਅਸੀਂ ਲੋਕ ਘੁੰਮਣ ਜਾਂਦੇ ਹਾਂ। ਤਾਂ ਬੇਟਾ, ਮੈਂ ਵੀ ਆਪਣੇ ਪੈਨਸ਼ਨ ਦੇ ਪੈਸੇ ਨਾਲ ਹੀ ਘੁੰਮਣ ਜਾ ਰਿਹਾ ਹਾਂ, ਮੈਂ ਤੇਰੇ ਤੋਂ ਪੈਸੇ ਨਹੀਂ ਮੰਗੇ। ਆਪਣੇ ਪਿਤਾ ਦਾ ਇਹ ਜਵਾਬ ਪਾ ਕੇ ਰੋਹਿਤ ਗੁੱਸੇ ਨਾਲ ਭੜਕ ਗਿਆ ਅਤੇ ਬੋਲਿਆ, ਠੀਕ ਹੈ ਬਾਬੂ ਜੀ, ਜੇਕਰ ਤੁਸੀਂ ਘੁੰਮਣ ਜਾਣੇ ਦਾ ਪਲੈਨ ਬਣਾ ਹੀ ਲਿਆ ਹੈ ਤਾਂ ਇੰਨੀ ਗੱਲ ਸਮਝ ਲਵੋ ਕਿ ਘਰ ਵਿੱਚ ਰਹਿੰਦੇ ਹੋਏ ਮੈਂ ਤੁਹਾਨੂੰ ਮੁਫਤ ਦਾ ਨਹੀਂ ਖਿਲਾਊਂਗਾ, ਖਰਚੇ ਦੇ ਲਈ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣਗੇ, ਨਹੀਂ ਤਾਂ ਤੁਹਾਨੂੰ ਰੋਟੀ ਨਹੀਂ ਮਿਲੇਗੀ। ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਤੁਸੀਂ ਲੋਕਾਂ ਦਾ ਖਾਣਾ ਪੀਣਾ ਵੀ ਕੱਢਾਂ ਅਤੇ ਤੁਸੀਂ ਲੋਕਾਂ ਦੇ ਘੁੰਮਣੇ ਫਿਰਨੇ ਦਾ ਖਰਚਾ ਵੀ। ਇੰਨਾ ਕਹਿ ਕੇ ਰੋਹਿਤ ਆਪਣੇ ਕਮਰੇ ਵਿੱਚ ਚਲਾ ਗਿਆ। ਜਦੀ ਉਹਨਾਂ ਦੀ ਨੂੰ ਨੇਹਾ ਬੋਲੀ, ਕਦੀ ਸੋਚਿਆ ਵੀ ਹੈ ਕਿ ਤੁਹਾਡਾ ਬੇਟਾ ਦਿਨ ਭਰ ਕਿੰਨੀ ਮਿਹਨਤ ਕਰਦਾ ਹੈ ਅਤੇ ਫਿਰ 2 ਪੈਸੇ ਘਰ ਲੈ ਕੇ ਆਉਂਦਾ ਹੈ? ਅਸੀਂ ਕੁਝ ਦਿਨ ਵਿਦੇਸ਼ ਕਿਆ ਘੁੰਮ ਆਏ, ਉਹ ਤੁਹਾਨੂੰ ਦਿਖਾਈ ਦੇ ਗਿਆ, ਪਰ ਇਹ ਨਹੀਂ ਦਿਖਾਈ ਦਿੰਦਾ ਕਿ ਤੁਹਾਡੇ 2 ਪੋਤੇ ਹਨ, ਉਹਨਾਂ ਦੇ ਭਵਿੱਖ ਦੇ ਲਈ ਵੀ ਕੁਝ ਪੈਸਾ ਬਚਾ ਕੇ ਰੱਖੀਏ। ਬਸ ਪੈਸਾ ਉਡਾਉਣੇ ਵਿੱਚ ਲੱਗੇ ਹੋਏ ਹੋ, ਇਸ ਬੁਢਾਪੇ ਵਿੱਚ ਹੁਣ ਕਿਤੇ ਘੁੰਮਣ ਜਾਣੇ ਦੀ ਜ਼ਰੂਰਤ ਨਹੀਂ ਹੈ, ਚੁੱਪ ਚਾਪ ਘਰ ਪਰ ਹੀ ਰਹੋ ਅਤੇ ਘਰ ਦੀ ਰਖਵਾਲੀ ਕਰਦੇ ਰਹੋ। ਅਤੇ ਵੈਸੇ ਵੀ ਇਸ ਉਮਰ ਵਿੱਚ ਬਾਹਰ ਘੁੰਮਣ ਜਾਓਗੇ ਤਾਂ ਘੁੰਮਣੇ ਦੇ ਚੱਕਰ ਵਿੱਚ ਕਿਤੇ ਬਿਮਾਰ ਹੋ ਕੇ ਆ ਗਏ ਤਾਂ ਮੈਂ ਤੁਸੀਂ ਲੋਕਾਂ ਦੀ ਸੇਵਾ ਨਹੀਂ ਕਰੂੰਗੀ, ਫਿਰ ਪਏ ਰਹਿਣਾ ਇੱਕ ਕੋਨੇ ਵਿੱਚ ਕਿਉਂ ਨੂੰ? ਘਰ ਵਿੱਚ ਰਹਿ ਕੇ ਤੇਰੀ ਸੱਸ ਕਿਆ ਦਿਨ ਭਰ ਕੰਮ ਨਹੀਂ ਕਰਦੀ ਹੈ? ਬਾਹਰ ਘੁੰਮਣ ਜਾਵੇਗੀ ਉਦੋਂ ਤੈਨੂੰ ਲੱਗਦਾ ਹੈ ਕਿ ਉਹ ਬਿਮਾਰ ਹੋ ਜਾਵੇਗੀ। ਰਾਜੇਸ਼ ਜੀ ਦੀ ਗੱਲ ਸੁਣਦੇ ਹੀ ਨੇਹਾ ਮੂੰਹ ਬਣਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਂਤੀ ਜੀ ਤਾਂ ਆਪਣੇ ਪੁੱਤ ਨੂੰ ਦੀ ਗੱਲਾਂ ਸੁਣ ਕੇ ਹੈਰਾਨ ਖੜੀ ਰਹਿ ਗਈ। ਉਹਨਾਂ ਦੀ ਅੱਖਾਂ ਵਿੱਚ ਤੋਂ ਹੰਝੂ ਨਿਕਲ ਆਏ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਆ ਕਰਨ। ਥੋੜ੍ਹੀ ਦੇਰ ਬਾਅਦ ਸ਼ਾਂਤੀ ਜੀ ਆਪਣੇ ਪਤੀ ਰਾਜੇਸ਼ ਜੀ ਨੂੰ ਕਹਿਣ ਲੱਗੀ, ਸੁਣੋ ਜੀ, ਘੁੰਮਣ ਜਾਣੇ ਦੀ ਗੱਲ ਪਰ ਤਾਂ ਘਰ ਵਿੱਚ ਹੰਗਾਮਾ ਹੀ ਖੜ੍ਹਾ ਹੋ ਗਿਆ। ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣਾ ਪਲੈਨ ਬਦਲ ਲੈਣਾ ਚਾਹੀਦਾ, ਨਹੀਂ ਤਾਂ ਪੁੱਤ ਨੂੰ ਤਾਂ ਘਰ ਵਿੱਚ ਸਾਨੂੰ ਰੋਟੀ ਵੀ ਨਹੀਂ ਦੇਣਗੇ, ਘਰ ਵਿੱਚ ਰਹਿਣਾ ਹੀ ਮੁਸ਼ਕਿਲ ਹੋ ਜਾਵੇਗਾ। ਗੱਲਾਂ ਸੁਣਾ ਸੁਣਾ ਕੇ ਸਾਨੂੰ ਜਿਉਂਦੇ ਜੀ ਹੀ ਮਾਰ ਦੇਣਗੇ। ਜਦੀ ਰਾਜੇਸ਼ ਜੀ ਬੋਲੇ,
ਤੂੰ ਚਿੰਤਾ ਨਾ ਕਰ ਸ਼ਾਂਤੀ, ਮੇਰੇ ਹੁੰਦੇ ਹੋਏ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ। ਜਿੰਨਾ ਕਹਿਣਾ ਸੀ ਕਹਿ ਲਿਆ। ਇਹੀ ਲੋਕ ਜਦ ਵਿਦੇਸ਼ ਗਏ ਸੀ ਤਾਂ ਘੱਟ ਤੋਂ ਘੱਟ 5 ਲੱਖ ਦਾ ਖਰਚਾ ਕਰਕੇ ਆਏ ਹੋਣਗੇ ਅਤੇ ਸਾਡੇ 500 ਰੁਪਏ ਖਰਚ ਕਰਨੇ ਪਰ ਵੀ ਕਲੇਸ਼ ਸ਼ੁਰੂ ਕਰ ਦਿੰਦੇ ਹਨ। ਇਹ ਅਨਿਆਏ ਆਖਿਰਕਾਰ ਕਦ ਤੱਕ ਸਹਿਣ ਕਰਦੇ ਰਹਾਂਗੇ ਅਸੀਂ? ਕਦੀ ਨਾ ਕਦੀ ਤਾਂ ਬੋਲਣਾ ਹੀ ਪਵੇਗਾ, ਨਹੀਂ ਤਾਂ ਅਸੀਂ ਇਸੀ ਤਰ੍ਹਾਂ ਸਮਝੌਤੇ ਕਰਦੇ ਹੀ ਰਹਿ ਜਾਵਾਂਗੇ। ਅਗਲੇ ਦਿਨ ਸਵੇਰੇ ਸਵੇਰੇ ਜਦ ਸ਼ਾਂਤੀ ਜੀ ਰਸੋਈ ਵਿੱਚ ਚਾਹ ਨਾਸ਼ਤਾ ਬਣਾ ਰਹੀ ਸੀ ਤਾਂ ਸਾਰੇ ਲੋਕ ਨਾਸ਼ਤਾ ਕਰ ਰਹੇ ਸੀ। ਸ਼ਾਂਤੀ ਜੀ ਨੇ ਆਪਣੀ ਨੂੰਹ ਅਤੇ ਪੁੱਤ ਦੀ ਤਰਫ ਦੇਖਿਆ ਤਾਂ ਉਹਨਾਂ ਦੇ ਚਿਹਰੇ ਪਰ ਹੁਣੇ ਤੱਕ ਗੁੱਸਾ ਸਵਾਰ ਸੀ। ਨਾ ਤਾਂ ਉਹ ਕਿਸੇ ਨਾਲ ਗੱਲ ਕਰ ਰਹੇ ਸੀ, ਨਾ ਹੀ ਕਿਸੇ ਨਾਲ ਨਜ਼ਰਾਂ ਮਿਲਾ ਰਹੇ ਸੀ। ਰਜੇ ਜੀ ਆਪਣੇ ਘਰ ਦੇ ਮਾਹੌਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਸੀ। ਜਿਵੇਂ ਹੀ ਨਾਸ਼ਤਾ ਖਤਮ ਹੋਇਆ ਤਾਂ ਰਜੇਸ਼ ਜੀ ਨੇ ਸ਼ਾਂਤੀ ਜੀ ਨੂੰ ਕਿਹਾ, ਸ਼ਾਂਤੀ ਹੁਣ ਅਸੀਂ ਲੋਕਾਂ ਨੇ ਘੁੰਮਣ ਜਾਣਾ ਹੈ ਤਾਂ ਚਲੋ ਤੈਨੂੰ 2-3 ਨਵੀਂ ਸਾੜੀਆਂ ਦਿਲਵਾਉਂਦਾ ਹਾਂ ਅਤੇ ਆਪਣੇ ਲਈ ਵੀ ਕੁਝ ਚੰਗੇ ਕੱਪੜੇ ਖਰੀਦ ਲੈਂਦਾ ਹਾਂ। ਬਹੁਤ ਦਿਨਾਂ ਤੋਂ ਮੈਂ ਵੀ ਚੰਗੇ ਕੱਪੜੇ ਨਹੀਂ ਖਰੀਦੇ ਹਨ, ਹੁਣ ਘੁੰਮਣ ਜਾਵਾਂਗੇ ਤਾਂ ਪੁਰਾਣੇ ਕੱਪੜੇ ਨਹੀਂ ਪਾਵਾਂਗੇ। ਰਜੇਸ਼ ਜੀ ਦੇ ਇੰਨਾ ਬੋਲਣੇ ਦੀ ਦੇਰ ਸੀ, ਉਹਨਾਂ ਦੇ ਪੁੱਤ ਨੂੰ ਤਾਂ ਪਹਿਲਾਂ ਤੋਂ ਹੀ ਭੜਕਣੇ ਨੂੰ ਤਿਆਰ ਬੈਠੇ ਸੀ। ਸਾਰੀ ਸੀਮਾਵਾਂ ਲੰਘਦਾ ਹੋਇਆ ਉਹਨਾਂ ਦਾ ਪੁੱਤ ਬੋਲਿਆ, ਬਾਬੂ ਜੀ ਹੁਣ ਅਸੀਂ ਤੁਹਾਨੂੰ ਆਪਣੇ ਕੋਲ ਨਹੀਂ ਰੱਖ ਸਕਦੇ। ਅਰੇ ਤੁਸੀਂ ਤਾਂ ਸਾਰੀ ਹੱਦ ਹੀ ਪਾਰ ਕਰ ਦਿੱਤੀ, ਤੁਸੀਂ ਆਪਣਾ ਰਹਿਣੇ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੋ। ਸਾਰੀ ਸ਼ਰਮ ਤਾਂ ਤੁਸੀਂ ਵੇਚ ਖਾਈ ਹੈ, ਹੁਣ ਬੁਢਾਪੇ ਵਿੱਚ ਤੁਸੀਂ ਘੁੰਮਣ ਜਾ ਰਹੇ ਹੋ, ਸਾਡੇ ਤੋਂ ਤੁਹਾਡੀ ਇਹ ਹਰਕਤਾਂ ਬਰਦਾਸ਼ਤ ਨਹੀਂ ਹੋਣਗੀ। ਫਿਰ ਰਜੇਸ਼ ਜੀ ਨੇ ਕਿਹਾ, ਪੁੱਤ ਅਸੀਂ ਆਪਣੇ ਰਹਿਣੇ ਦਾ ਇੰਤਜ਼ਾਮ ਕਿਤੇ ਹੋਰ ਕਿਉਂ ਕਰ ਲਈਏ? ਇਹ ਘਰ ਸਾਡਾ ਹੈ, ਇਸ ਨੂੰ ਮੈਂ ਆਪਣੀ ਕਮਾਈ ਨਾਲ ਬਣਵਾਇਆ ਸੀ, ਹੋਰ ਤਾਂ ਹੋਰ ਇਸ ਘਰ ਦੀ ਜ਼ਮੀਨ ਵੀ ਮੇਰੀ ਮਿਹਨਤ ਦੀ ਕਮਾਈ ਨਾਲ ਖਰੀਦੀ ਗਈ ਹੈ ਅਤੇ ਇਸ ਹਿਸਾਬ ਨਾਲ ਇਹ ਘਰ ਮੇਰਾ ਹੈ। ਪਰ ਪਿਤਾ ਜੀ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਇਹੀ ਮਕਾਨ ਮੇਰੇ ਨਾਮ ਕਰ ਚੁੱਕੇ ਹੋ। ਫਿਰ ਰਜੇਸ਼ ਜੀ ਇੱਕ ਮੁਸਕਾਨ ਦੇ ਨਾਲ ਬੋਲੇ, ਨਹੀਂ ਬੇਟਾ, ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਮੈਂ ਵਸੀਅਤ ਵਿੱਚ ਕਿਆ ਲਿਖਵਾਇਆ ਹੈ। ਉਹ ਤਾਂ ਭਲਾ ਹੋ ਮੇਰੇ ਦੋਸਤ ਦਾ ਜਿਸਨੇ ਮੈਨੂੰ ਇਹ ਸਲਾਹ ਦਿੱਤੀ ਕਿ ਮੈਨੂੰ ਜਿਉਂਦੇ ਜੀ ਆਪਣਾ ਮਕਾਨ ਆਪਣੇ ਪੁੱਤ ਦੇ ਨਾਮ ਨਹੀਂ ਕਰਨਾ ਚਾਹੀਦਾ ਅਤੇ ਚੰਗਾ ਹੋਇਆ ਕਿ ਮੈਂ ਮਕਾਨ ਤੇਰੇ ਨਾਮ ਨਹੀਂ ਕੀਤਾ, ਨਹੀਂ ਤਾਂ ਸਾਨੂੰ ਬੇਘਰ ਕਰਨੇ ਵਿੱਚ ਤੂੰ ਇੱਕ ਪਲ ਦੀ ਵੀ ਦੇਰੀ ਨਹੀਂ ਕਰਨੀ ਸੀ। ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ ਕਿ ਮੈਂ ਅਤੇ ਤੇਰੀ ਮਾਂ ਨੇ ਜ਼ਿੰਦਗੀ ਵਿੱਚ ਖੂਬ ਇੱਜ਼ਤ ਕਮਾਈ ਹੈ ਅਤੇ ਜੇਕਰ ਤੁਸੀਂ ਲੋਕ ਮੇਰੀ ਜਾਂ ਤੇਰੀ ਮਾਂ ਦੀ ਬੇਇੱਜ਼ਤੀ ਕਰੋਗੇ ਤਾਂ ਇਹ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਇਸ ਲਈ ਅੱਜ ਮੈਂ ਫੈਸਲਾ ਕੀਤਾ ਹੈ ਕਿ ਤੂੰ ਉੱਪਰ ਦੀ ਮੰਜ਼ਿਲ ਪਰ ਸ਼ਿਫਟ ਹੋ ਜਾ ਅਤੇ ਆਪਣੀ ਗ੍ਰਸਤੀ ਅਲੱਗ ਵਸਾ ਲੈ ਅਤੇ ਮੈਨੂੰ ਹਰ ਮਹੀਨੇ 30,000 ਰੁਪਏ ਕਿਰਾਇਆ ਦੇ ਦੇਣਾ ਜਾਂ ਫਿਰ ਕੋਈ ਦੂਸਰਾ ਮਕਾਨ ਵੀ ਲੱਭ ਸਕਦੇ ਹੋ। ਮੈਨੂੰ ਉਸ ਨਾਲ ਵੀ ਕੋਈ ਇਤਰਾਜ਼ ਨਹੀਂ ਹੈ। ਅੱਜ ਮਹੀਨੇ ਦੀ 20 ਤਰੀਕ ਹੈ, ਤੇਰੇ ਕੋਲ 30 ਤਰੀਕ ਤੱਕ ਦਾ ਸਮੇਂ ਹੈ, ਸੋਚ ਕੇ ਜਵਾਬ ਦੇ ਦੇਣਾ।
ਮੈਂ ਉਸੀ ਹਿਸਾਬ ਨਾਲ ਅੱਗੇ ਦੇ ਬਾਰੇ ਵਿੱਚ ਸੋਚੂੰਗਾ। ਹੁਣ ਫੈਸਲਾ ਤੇਰਾ ਹੈ, ਜਦੀ ਨੇਹਾ ਬੋਲੀ। ਜੇਕਰ ਤੁਸੀਂ ਸਾਨੂੰ ਇਸ ਘਰ ਤੋਂ ਕੱਢ ਦੋਗੇ ਤਾਂ ਇੰਨੇ ਵੱਡੇ ਘਰ ਦਾ ਕਿਆ ਕਰੋਗੇ, ਅਤੇ ਇਸ ਬੁਢਾਪੇ ਵਿੱਚ ਤੁਸੀਂ ਲੋਕਾਂ ਦੀ ਦੇਖ ਰੇਖ ਕੌਣ ਕਰੇਗਾ? ਅਸੀਂ ਤੁਹਾਡੇ ਨੂੰ ਪੁੱਤ ਹਾਂ, ਆਖਿਰਕਾਰ ਅਸੀਂ ਹੀ ਤਾਂ ਤੁਹਾਡੇ ਕੰਮ ਆਵਾਂਗੇ। ਜਦੀ ਰਾਜੇਸ਼ ਜੀ ਨੇ ਕਿਹਾ, ਅਰੇ ਅਰੇ, ਹੁਣੇ ਤਾਂ ਅਸੀਂ ਲੋਕਾਂ ਦੇ ਹੱਥ ਪੈਰ ਚੱਲ ਰਹੇ ਹਨ। ਜਦ ਤੁਹਾਡਾ ਇਹ ਹਾਲ ਹੈ, ਜਦ ਅਸੀਂ ਪੂਰੀ ਤਰ੍ਹਾਂ ਨਾਲ ਤੁਹਾਡੇ ਉੱਪਰ ਨਿਰਭਰ ਹੋ ਜਾਵਾਂਗੇ, ਉਦੋਂ ਤਾਂ ਤੁਸੀਂ ਸਾਨੂੰ ਭੁੱਖੇ ਹੀ ਮਾਰ ਦੇਵੋਗੇ। ਹੁਣ ਜੇਕਰ ਆਪਣੇ ਪੈਸੇ ਖਰਚ ਕਰਨੇ ਹੀ ਹਨ ਤਾਂ ਅਸੀਂ ਤੁਹਾਡਾ ਰੋਪ ਕਿਉਂ ਸਹਿਣ ਕਰੀਏ? ਰਹੀ ਗੱਲ ਬੁਢਾਪੇ ਵਿੱਚ ਗੁਜ਼ਾਰਾ ਕਰਨੇ ਦੀ, ਤਾਂ ਇੰਨਾ ਵੱਡਾ ਘਰ ਹੈ, ਇਸ ਘਰ ਵਿੱਚ ਮੈਂ ਦੋ ਕਿਰਾਏਦਾਰ ਆਰਾਮ ਨਾਲ ਬਿਠਾ ਸਕਦਾ ਹਾਂ, ਅਤੇ ਕੰਮ ਵਾਲੀ ਬਾਈ ਮਿਲਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ। ਖਾਣਾ ਪਕਾਉਣੇ ਅਤੇ ਘਰ ਦੇ ਬਾਕੀ ਦੇ ਕੰਮ ਦੇ ਲਈ ਅਸੀਂ ਬਾਈ ਰੱਖ ਲਵਾਂਗੇ। ਆਪਣੀ ਪੈਨਸ਼ਨ ਨਾਲ ਅਸੀਂ ਆਪਣਾ ਬੁਢਾਪਾ ਮਜ਼ੇ ਨਾਲ ਕੱਟ ਸਕਦੇ ਹਾਂ। ਤੂੰ ਸਾਡੇ ਬੁਢਾਪੇ ਦੀ ਚਿੰਤਾ ਨਾ ਕਰ। ਨੂੰ ਇਹ ਗੱਲ ਸੁਣ ਕੇ ਰੋਹਿਤ ਅਤੇ ਨੇਹਾ ਹੈਰਾਨ ਰਹਿ ਗਏ। ਚਲੋ ਸ਼ਾਂਤੀ, ਅਸੀਂ ਸ਼ੋਪਿੰਗ ਕਰਨ ਚੱਲਦੇ ਹਾਂ, ਕਹਿੰਦੇ ਹੋਏ ਰਾਜੇਸ਼ ਜੀ ਨੇ ਆਪਣੀ ਪਤਨੀ ਦਾ ਹੱਥ ਫੜਿਆ ਅਤੇ ਬਾਜ਼ਾਰ ਚਲੇ ਗਏ। ਰਾਜੇਸ਼ ਜੀ ਦਾ ਇਹ ਜਵਾਬ ਸੁਣ ਕੇ ਉਹਨਾਂ ਦੇ ਪੁੱਤ ਅਤੇ ਨੂੰਹ ਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ। ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੇ ਪਿਤਾ ਜੀ ਐਸਾ ਵੀ ਕੁਝ ਕਰ ਸਕਦੇ ਹਨ। ਸ਼ਾਮ ਦੇ ਸਮੇਂ ਉਹ ਆਪਣੇ ਲਈ ਆਪਣੇ ਮਨਪਸੰਦ ਕੱਪੜੇ ਖਰੀਦ ਕੇ ਲੈ ਆਏ, ਪਰ ਉਹਨਾਂ ਦੀ ਨੂੰਹ ਨੇਹਾ ਨੇ ਹੁਣ ਸ਼ਾਂਤ ਰਹਿਣਾ ਹੀ ਉਚਿਤ ਸਮਝਿਆ। ਉਸ ਨੂੰ ਸਮਝ ਆ ਗਿਆ ਸੀ ਕਿ ਜੇਕਰ ਹੁਣ ਉਹ ਕੁਝ ਕਹੇਗੀ ਤਾਂ ਉਸਦੇ ਸਸੁਰ ਦੋ ਚਾਰ ਗੱਲਾਂ ਉਸ ਨੂੰ ਹੋਰ ਸੁਣਾ ਦੇਣਗੇ। ਅਗਲੇ ਦਿਨ ਰਾਜੇਸ਼ ਜੀ ਅਤੇ ਸ਼ਾਂਤੀ ਜੀ ਨੂੰ ਹਵਾਈ ਜਹਾਜ਼ ਵਿੱਚ ਬੈਠ ਕੇ ਅਯੋਧਿਆ ਧਾਮ ਦੀ ਯਾਤਰਾ ਪਰ ਜਾਣਾ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸੀ ਕਿਉਂਕਿ ਉਹ ਪਹਿਲੀ ਵਾਰ ਆਪਣਾ ਹਵਾਈ ਜਹਾਜ਼ ਵਿੱਚ ਬੈਠਣੇ ਦਾ ਸੁਪਨਾ ਪੂਰਾ ਕਰਨ ਜਾ ਰਹੇ ਸੀ। ਸਵੇਰ ਦੇ ਸਮੇਂ ਉਹ ਦੋਵੇਂ ਤਿਆਰ ਹੋ ਕੇ ਆਪਣਾ ਬੈਗ ਲੈ ਕੇ ਜਿਵੇਂ ਹੀ ਬਾਹਰ ਨਿਕਲਣ ਲੱਗੇ ਤਾਂ ਆਪਣੇ ਪੁੱਤ ਅਤੇ ਨੂੰਹ ਨੂੰ ਆਵਾਜ਼ ਦਿੰਦੇ ਹੋਏ ਕਿਹਾ ਕਿ ਅਸੀਂ 10 ਦਿਨ ਦੇ ਬਾਅਦ ਆਵਾਂਗੇ, ਜਦ ਤੱਕ ਤੂੰ ਆਪਣਾ ਇੰਤਜ਼ਾਮ ਕਰ ਲੈਣਾ। ਇੰਨਾ ਕਹਿ ਕੇ ਉਹ ਦੋਵੇਂ ਏਅਰਪੋਰਟ ਦੇ ਲਈ ਨਿਕਲ ਗਏ। ਏਅਰਪੋਰਟ ਪਰ ਹਵਾਈ ਜਹਾਜ਼ ਨੂੰ ਦੇਖ ਕੇ ਉਹ ਅੰਦਰ ਹੀ ਅੰਦਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ ਅਤੇ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਜਹਾਜ਼ ਤਾਂ ਸੱਚ ਵਿੱਚ ਬਹੁਤ ਵੱਡਾ ਹੁੰਦਾ ਹੈ। ਜਦ ਆਸਮਾਨ ਵਿੱਚ ਉੱਡਦੇ ਹੋਏ ਦੇਖਿਆ ਸੀ ਤਾਂ ਇਵੇਂ ਲੱਗਦਾ ਸੀ ਕਿ ਇਹ ਬਹੁਤ ਛੋਟੀ ਜਿਹੀ ਚੀਜ਼ ਹੈ, ਪਰ ਅੱਜ ਸਾਹਮਣੇ ਤੋਂ ਦੇਖਣੇ ਵਿੱਚ ਪਤਾ ਲੱਗਿਆ ਕਿ ਇਹ ਅਸਲ ਵਿੱਚ ਕਿੰਨੇ ਵੱਡੇ ਹੁੰਦੇ ਹਨ। ਜਦ ਉਹ ਦੋਵੇਂ ਅਯੋਧਿਆ ਧਾਮ ਪਹੁੰਚੇ ਤਾਂ ਉੱਥੇ ਪਹੁੰਚ ਕੇ ਉਹਨਾਂ ਨੇ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਫਿਰ ਆਸ ਪਾਸ ਦੀ ਜਗ੍ਹਾ ਪਰ ਘੁੰਮਣ ਨਿਕਲ ਗਏ। ਸ਼ਾਂਤੀ ਜੀ ਉਹਨਾਂ ਨੂੰ ਕਹਿਣ ਲੱਗੀ ਕਿ ਵਾਕਈ ਇਹ ਦਿਨ ਸਾਡੀ ਜ਼ਿੰਦਗੀ ਦੇ ਸਭ ਤੋਂ ਚੰਗੇ ਦਿਨ ਹਨ। ਜਦ ਸਾਨੂੰ ਇੱਕ ਦੂਸਰੇ ਦੇ ਨਾਲ ਇੰਨਾ ਚੰਗਾ ਸਮੇਂ ਬਤੀਤ ਕਰਨੇ ਨੂੰ ਮਿਲ ਰਿਹਾ ਹੈ। ਫਿਰ ਰਾਜੇਸ਼ ਜੀ ਬੋਲੇ, ਸ਼ਾਂਤੀ ਅਸੀਂ ਬੁੱਢੇ ਹੋ ਗਏ ਹਾਂ ਤਾਂ
ਕਿਆ ਹੋਇਆ, ਅਰਮਾਨ ਤਾਂ ਸਾਡੇ ਦਿਲ ਵਿੱਚ ਵੀ ਹਨ ਨਾ, ਬੁਢਾਪਾ ਆਉਣੇ ਦੇ ਨਾਲ ਸਾਡੀ ਇੱਛਾਵਾਂ ਮਰ ਤਾਂ ਨਹੀਂ ਗਈ ਨਾ, ਚੰਗਾ ਖਾਣੇ ਦੀ, ਚੰਗਾ ਪਹਿਨਣੇ ਦੀ ਅਤੇ ਘੁੰਮਣ ਦੀ ਇੱਛਾ ਤਾਂ ਸਾਡੇ ਦਿਲ ਵਿੱਚ ਵੀ ਹੈ, ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਲੱਗਦਾ ਹੈ ਕਿ ਬੁਢਾਪਾ ਆ ਗਿਆ ਹੈ ਤਾਂ ਜ਼ਿੰਦਗੀ ਹੀ ਖਤਮ ਹੋ ਗਈ ਹੈ। ਇਹ ਤਾਂ ਭਗਵਾਨ ਦਾ ਸ਼ੁਕਰ ਹੈ ਕਿ ਹੁਣੇ ਸਾਨੂੰ ਪੈਨਸ਼ਨ ਮਿਲਦੀ ਹੈ। ਅੱਜ ਇਸੀ ਪੈਨਸ਼ਨ ਦੇ ਦਮ ਪਰ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਬੋਲ ਪਾਇਆ ਹਾਂ, ਪਰ ਮੈਨੂੰ ਤਾਂ ਉਹਨਾਂ ਮਾਂ ਬਾਪ ਦੇ ਬਾਰੇ ਵਿੱਚ ਸੋਚ ਸੋਚ ਕੇ ਚਿੰਤਾ ਹੁੰਦੀ ਹੈ ਜੋ ਸਭ ਕੁਝ ਆਪਣੇ ਬੱਚਿਆਂ ਪਰ ਲੁਟਾ ਦਿੰਦੇ ਹਨ ਅਤੇ ਬੁਢਾਪੇ ਦੇ ਲਈ ਕੁਝ ਵੀ ਆਪਣੇ ਕੋਲ ਨਹੀਂ ਰੱਖਦੇ। ਕਿਵੇਂ ਉਹ ਲੋਕ ਆਪਣਾ ਬੁਢਾਪਾ ਕੱਟਦੇ ਹੋਣਗੇ ਜਦ ਉਹਨਾਂ ਦੇ ਬੱਚੇ ਇੱਕ ਇੱਕ ਚੀਜ਼ ਦੇ ਲਈ ਉਹਨਾਂ ਨੂੰ ਮੁਹਤਾਜ ਕਰ ਦਿੰਦੇ ਹੋਣਗੇ। ਅਯੋਧਿਆ ਧਾਮ ਤਾਂ ਬਹੁਤ ਦੂਰ ਦੀ ਗੱਲ ਹੈ, ਸਾਡਾ ਪੁੱਤ ਤਾਂ ਸਾਨੂੰ ਅੱਜ ਤੱਕ ਕੋਲ ਦੇ ਕਿਸੇ ਮੰਦਿਰ ਵਿੱਚ ਵੀ ਨਹੀਂ ਲੈ ਕੇ ਗਿਆ। ਖੈਰ ਛੱਡੋ ਇਹਨਾਂ ਸਭ ਗੱਲਾਂ ਨੂੰ, ਸ਼ਾਂਤੀ ਅਸੀਂ ਇੱਥੇ ਆਰਾਮ ਨਾਲ ਕੁਝ ਦਿਨ ਬਿਤਾਵਾਂਗੇ ਅਤੇ ਫਿਰ ਘਰ ਜਾਵਾਂਗੇ। ਦੇਖਦੇ ਹੀ ਦੇਖਦੇ 10 ਦਿਨ ਬੀਤ ਗਏ। ਉਸ ਦੇ ਬਾਅਦ ਜਦ ਉਹ ਲੋਕ ਘਰ ਵਾਪਸ ਆਏ ਤਾਂ ਉਹਨਾਂ ਨੂੰ ਦੇਖਦੇ ਹੀ ਰੋਹਿਤ ਅਤੇ ਨੇਹਾ ਤੁਰੰਤ ਉਹਨਾਂ ਦੇ ਕੋਲ ਦੌੜੇ ਦੌੜੇ ਆਏ ਅਤੇ ਉਹਨਾਂ ਦੇ ਪੈਰਾਂ ਵਿੱਚ ਗਿਰ ਗਏ ਅਤੇ ਬੋਲੇ, ਬਾਬੂ ਜੀ ਸਾਨੂੰ ਮਾਫ਼ ਕਰ ਦਵੋ, ਸਾਡੇ ਤੋਂ ਗਲਤੀ ਹੋ ਗਈ ਹੈ। ਤੁਹਾਨੂੰ ਜਿਵੇਂ ਇਸ ਘਰ ਵਿੱਚ ਰਹਿਣਾ ਹੋ ਤੁਸੀਂ ਉਵੇਂ ਰਹੋ, ਜਿੱਥੇ ਤੁਹਾਡਾ ਘੁੰਮਣੇ ਦਾ ਮਨ ਹੋ ਉੱਥੇ ਘੁੰਮ ਕੇ ਆਓ, ਪਰ ਸਾਨੂੰ ਇਸ ਘਰ ਤੋਂ ਨਾ ਕੱਢੋ। ਅਸੀਂ ਇਸ ਘਰ ਨੂੰ ਛੱਡ ਕੇ ਕਿੱਥੇ ਜਾਵਾਂਗੇ? ਤੁਸੀਂ ਤਾਂ ਜਾਣਦੇ ਹੋ ਕਿ ਮੇਰੀ ਤਨਖਾਹ ਕਿੰਨੀ ਹੈ। ਹੁਣ ਉਸ ਵਿੱਚ ਤੋਂ ਮੈਂ ਮਕਾਨ ਦੇ ਕਿਰਾਏ ਦੇ 30,000 ਰੁਪਏ ਕੱਢੂੰਗਾ ਤਾਂ ਅਸੀਂ ਖਰਚਾ ਕਿਵੇਂ ਚਲਾਵਾਂਗੇ? ਫਿਰ ਨੇਹਾ ਬੋਲੀ, ਮਾਂ ਜੀ ਤੁਸੀਂ ਹੀ ਬਾਬੂ ਜੀ ਨੂੰ ਸਮਝਾਓ ਨਾ ਕਿ ਸਾਨੂੰ ਇਸ ਘਰ ਤੋਂ ਜਾਣੇ ਦੇ ਲਈ ਨਾ ਕਹਿਣ। ਹੁਣ ਤੋਂ ਘਰ ਦਾ ਸਾਰਾ ਕੰਮ ਮੈਂ ਹੀ ਕਰੂੰਗੀ, ਤੁਸੀਂ ਬਸ ਬੈਠ ਕੇ ਆਰਾਮ ਕਰਨਾ ਅਤੇ ਜੀ ਭਰ ਕੇ ਟੀਵੀ ਦੇਖਣਾ, ਟੀਵੀ ਦਾ ਰਿਮੋਟ ਤੁਹਾਡੇ ਕੋਲ ਹੀ ਰਹੇਗਾ। ਰਜੇਸ਼ ਜੀ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਉਹਨਾਂ ਦੇ ਪੁੱਤ ਨੂੰ ਅਕਲ ਆ ਗਈ ਹੈ। ਹੁਣ ਉਹ ਉਹਨਾਂ ਦੇ ਬੁਢਾਪੇ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਬੇਟਾ, ਜੇਕਰ ਤੂੰ ਇਸ ਘਰ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਮੇਰੀ ਵੀ ਇੱਕ ਸ਼ਰਤ ਹੈ, ਮੈਂ ਆਪਣੀ ਪੈਨਸ਼ਨ ਦੇ ਪੂਰੇ ਪੈਸੇ ਤੈਨੂੰ ਨਹੀਂ ਦੇਵਾਂਗਾ, ਕੁਝ ਪੈਸਾ ਮੈਂ ਆਪਣੇ ਕੋਲ ਰੱਖੂੰਗਾ ਕਿਉਂਕਿ ਬੁਢਾਪੇ ਵਿੱਚ ਮੇਰੇ ਅਤੇ ਮੇਰੀ ਪਤਨੀ ਦੇ ਵੀ ਕੁਝ ਖਰਚੇ ਹਨ। ਸਾਡੀ ਦਵਾਈਆਂ ਦਾ ਖਰਚਾ ਤਾਂ ਚੱਲਦਾ ਹੀ ਰਹਿੰਦਾ ਹੈ, ਕਦੀ ਬਲੱਡ ਪ੍ਰੈਸ਼ਰ ਦੀ ਦਵਾਈ ਤਾਂ ਕਦੀ ਡਾਇਬਟੀਜ਼ ਦੀ ਦਵਾਈ ਤਾਂ ਕਦੀ ਜੋੜਾਂ ਦੇ ਦਰਦ ਦੀ ਦਵਾਈ, ਅਤੇ ਵਾਰ ਵਾਰ ਮੈਨੂੰ ਤੇਰੇ ਅੱਗੇ ਹੱਥ ਫੈਲਾਉਣਾ ਚੰਗਾ ਨਹੀਂ ਲੱਗਦਾ। ਆਪਣੇ ਹੀ ਪੈਸੇ ਦੇ ਲਈ ਮੈਂ ਤੇਰੇ ਪਰ ਮੁਹਤਾਜ ਰਹਾਂ, ਇਹ ਮੈਨੂੰ ਮਨਜ਼ੂਰ ਨਹੀਂ। ਤਾਂ ਫਿਰ ਰੋਹਿਤ ਨੇ ਕਿਹਾ, ਨਹੀਂ ਪਿਤਾ ਜੀ, ਤੁਸੀਂ ਹੀ ਕੈਸੀ ਗੱਲਾਂ ਕਰ ਰਹੇ ਹੋ, ਤੁਹਾਨੂੰ ਜੈਸਾ ਠੀਕ ਲੱਗੇ ਤੁਸੀਂ ਵੈਸਾ ਹੀ ਕਰਨਾ। ਫਿਰ ਰੋਹਿਤ ਨੇ ਨੇਹਾ ਨੂੰ ਕਿਹਾ, ਨੇਹਾ ਤੂੰ ਇੱਥੇ ਖੜ੍ਹੀ ਖੜ੍ਹੀ ਕਿਆ ਕਰ ਰਹੀ ਹੈ? ਜਲਦੀ ਨਾਲ ਮਾਂ ਅਤੇ ਪਿਤਾ ਜੀ ਦੇ ਲਈ ਚਾਹ ਬਣਾ ਕੇ ਲੈ ਆ, ਉਹ ਥੱਕ ਗਏ ਹੋਣਗੇ। ਇੰਨੀ ਗੱਲ ਸੁਣਦੇ ਹੀ ਰਜੇਸ਼ ਜੀ ਮੁਸਕਰਾਉਣ ਲੱਗੇ ਅਤੇ ਮਨ ਹੀ ਮਨ
ਸੋਚਣ ਲੱਗੇ ਕਿ ਅੱਜ ਜੇਕਰ ਉਹਨਾਂ ਨੇ ਆਪਣੇ ਅਤੇ ਆਪਣੀ ਪਤਨੀ ਦੇ ਆਤਮ ਸਨਮਾਨ ਦੇ ਲਈ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਉਹਨਾਂ ਨੂੰ ਮਨ ਮਾਰ ਕੇ ਗੁਜ਼ਾਰਾ ਕਰਨਾ ਪੈਂਦਾ। ਕਦੀ ਕਦੀ ਜ਼ਿੰਦਗੀ ਵਿੱਚ ਆਪਣੇ ਲਈ ਕੁਝ ਕਠੋਰ ਫੈਸਲੇ ਲੈਣੇ ਵੀ ਪੈਂਦੇ ਹਨ। ਥੋੜ੍ਹਾ ਜਿਹਾ ਸਵਾਰਥੀ ਬਣਨੇ ਵਿੱਚ ਵੀ ਕੋਈ ਹਰਜ ਨਹੀਂ ਹੁੰਦਾ। ਇਹ ਤਾਂ ਦੁਨੀਆ ਹੈ ਅਤੇ ਦੁਨੀਆ ਤਾਂ ਕੁਝ ਨਾ ਕੁਝ ਬੋਲੇਗੀ ਹੀ, ਪਰ ਜੇਕਰ ਆਪਣੇ ਹੱਥ ਵਿੱਚ ਪੈਸਾ ਹੈ ਤਾਂ ਸਾਨੂੰ ਆਪਣੀ ਇੰਨੀ ਇੱਜ਼ਤ ਤਾਂ ਬਣਾ ਕੇ ਰੱਖਣੀ ਚਾਹੀਦੀ ਕਿ ਸਾਨੂੰ ਕੋਈ ਕੁਝ ਨਾ ਕਹਿ ਸਕੇ ਅਤੇ ਆਪਣੇ ਪੈਸਿਆਂ ਦੇ ਦਮ ਪਰ ਅਸੀਂ ਆਪਣੀ ਜ਼ਿੰਦਗੀ ਨੂੰ ਆਤਮ ਸਨਮਾਨ ਦੇ ਨਾਲ ਗੁਜ਼ਾਰ ਸਕੀਏ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।